ਕਿਸਾਨ ਵੀਰੋ ਸਤਿ ਸ਼੍ਰੀ ਅਕਾਲ, ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੇ ਤੁਹਾਡਾ ਵੈਲਕਮ ਕਰਦਾ ਯੂਟਿਊਬ ਚੈਨਲ ਤੇ ਬਹੁਤ ਸਾਰੀਆਂ ਵੀਡੀਓ ਤੁਸੀਂ ਪਹਿਲਾਂ ਵੀ ਦੇਖੀਆਂ ਹੈਗੀਆਂ ਕਿ ਆਪਾਂ ਫੁੱਲਾਂ ਦੀ ਖੇਤੀਬਾੜੀ ਗੱਲਬਾਤ ਕਰਦੇ ਹਾਂ ਤਾਂ ਉਦੋਂ ਕੰਟਰੈਕਟ ਫਾਰਮਿੰਗ ਵੀ ਜਿਹੜੀ ਪੰਜਾਬ ਦੇ ਵਿੱਚ ਜਾਂ ਹਰਿਆਣਾ ਰਾਜਸਥਾਨ ਦੇ ਵਿੱਚ ਪੋਸੀਬਲ ਹੈਗੀ ਹੈ। ਕੁਝ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਕੰਟਰੈਕਟ ਫਾਰਮਿੰਗ ਕਰਵਾਉਂਦੀਆਂ, ਫੁੱਲਾਂ ਦੀਆਂ ਕਾਫੀ ਵਰਾਈਟੀਆਂ ਜਿਹੜੀਆਂ ਲੱਗਣਯੋਗ ਹੈਗੀਆਂ ਜਿਹੜੀਆਂ ਕੰਟਰੈਕਟ ਫਾਰਮਿੰਗ ਤੇ ਇੱਕ ਕਿਸਾਨ ਨੂੰ ਕਾਫੀ ਵਧੀਆ ਜਿਹੜਾ ਬੈਨੀਫਿਟ ਦੇ ਕੇ ਜਾਂਦੀਆਂ। ਅਤੇ ਉਹਨਾਂ ਕੰਟਰੈਕਟ ਫਾਰਮਿੰਗ ਦੇ ਵਿੱਚੋਂ ਇੱਕ ਫੁੱਲਾਂ ਦੀ ਵਰਾਇਟੀ ਆਪਣੇ ਗੁਰਵਿੰਦਰ ਵੀਰ ਜੀ ਕੋਲ ਲੱਗੀ ਹੋਈ ਹੈ, ਫਤਿਹਗੜ੍ਹ ਡਿਸਟ੍ਰਿਕਟ ਦੇ ਵਿੱਚ ਨਾਨੋਵਾਲ ਪਿੰਡ ਦੇ ਵਿੱਚ ਇਹ ਵਰਾਇਟੀ ਲੱਗੀ ਹੋਈ ਹੈ। ਇਸ ਵਰਾਇਟੀ ਦੇ ਬਾਰੇ ਆਪਾਂ ਸਾਰੀ ਜਾਣਕਾਰੀ ਲੈਂਦੇ ਹਾਂ, ਕਿੰਨਾ ਸਮਾਂ ਇਹ ਲੈਂਦੀ ਆ, ਕਿੰਨੀ ਇਹਦੇ ਵਿੱਚ ਇਨਵੈਸਟਮੈਂਟ ਹੁੰਦੀ ਹੈ ਅਤੇ ਕਿੰਨਾ ਪ੍ਰੋਫਿਟ ਆ ਜਿਹੜਾ ਆਪਾਂ ਲੈ ਸਕਦੇ ਹਾਂ। ਵੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ। ਵੀਰ ਜੀ, ਜਿਹੜੀ ਇਹ ਵਰਾਇਟੀ ਲੱਗੀ ਆ ਇਹਦਾ ਕੀ ਨਾਮ ਹੈ ਜੀ? ਇਹ ਵਰਾਇਟੀ ਦਾ ਨਾਮ ਹੈਗਾ ਜੀ ਨਸਤਰਸ਼ੀਅਮ। ਠੀਕ ਹੈ ਜੀ। ਅਤੇ ਇਹ ਵਰਾਇਟੀ 1 ਏਕੜ ਦੇ ਵਿੱਚ ਲਗਾਉਣ ਲਈ ਕੰਟਰੈਕਟ ਫਾਰਮਿੰਗ ਜਦੋਂ ਕਰਦੇ ਹੋ ਤੁਸੀਂ, ਇਹ ਕੰਟਰੈਕਟ ਫਾਰਮਿੰਗ ਅੰਡਰ ਕਰ ਰਹੇ ਹੋ ਅਤੇ ਉਹਦੇ ਬਾਰੇ ਕਿਸਾਨ ਭਰਾਵਾਂ ਨਾਲ ਜਾਣਕਾਰੀ ਸਾਂਝੀ ਕਰੋ ਜੀ। ਕਿਸਾਨ ਵੀਰੋ, ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ 5-6 ਕੰਪਨੀਆਂ ਹੈਗੀਆਂ ਨੇ ਜਿਹੜੀਆਂ ਕੰਟਰੈਕਟ ਬੇਸ 'ਤੇ ਫੁੱਲਾਂ ਦੀ ਖੇਤੀ ਕਰਵਾਉਂਦੀਆਂ ਨੇ। ਸੋ ਮੈਂ ਵੀ ਇੱਕ ਕੰਪਨੀ ਨਾਲ, ਜਗਰਾਉਂ ਦੀ ਕੰਪਨੀ ਆ 5 ਰਿਵਰ ਫਾਰਮ, ਉਹਨਾਂ ਨਾਲ ਕੰਟਰੈਕਟ ਕੀਤਾ ਅਤੇ ਇਹ ਨਸਰਸ਼ੀਅਮ ਜਿਹੜੀ ਵਰਾਇਟੀ ਆ ਇਹ ਆਪਾਂ ਲਾਈ ਆ, ਇਹ 1 ਏਕੜ ਦੇ ਵਿੱਚ ਇੱਥੇ ਇਸ ਟਾਈਮ ਲੱਗੀ ਹੋਈ ਆ ਅਤੇ ਟੋਟਲ ਮੈਂ 5 ਏਕੜ ਦੇ ਵਿੱਚ ਜਿਹੜੀਆਂ ਸੀਡ ਵਾਲੀਆਂ ਵਰਾਇਟੀਆਂ ਲਾਈਆਂ ਹੋਈਆਂ ਨੇ। ਸੋ ਇਹਦੀ ਜਿਹੜੀ ਝੋਨੇ ਦੀ ਕਟਾਈ ਤੋਂ ਬਾਅਦ ਆਪਾਂ ਅਕਤੂਬਰ ਨਵੰਬਰ ਦੇ ਵਿੱਚ ਇਹਦੀ ਬਿਜਾਈ ਕਰ ਦਿੰਦੇ ਹਾਂ। ਇਹਦਾ ਜਿਹੜਾ ਬੀਜ ਆ ਉਹ ਕੰਪਨੀ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ ਫ੍ਰੀ ਆਫ ਕੋਸਟ ਅਤੇ ਉਹਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਅਤੇ ਜਦੋਂ ਇਹ ਫਸਲ ਪੱਕ ਕੇ ਤਿਆਰ ਹੋ ਜਾਂਦੀ ਆ, ਸੋ ਇਹਦਾ ਬੀਜ ਆਪਾਂ ਕੰਪਨੀ ਨਾਲ ਐਗਰੀਮੈਂਟ ਪਹਿਲਾਂ ਕਰਿਆ ਹੁੰਦਾ, ਉਹ ਉਸ ਰੇਟ ਦੇ ਉੱਪਰ ਕੰਪਨੀ ਬੀਜ ਆਪਾਂ ਤੋਂ ਖਰੀਦ ਲੈਂਦੀ ਆ। ਠੀਕ ਹੈ ਜੀ। ਵੀਰ ਜੀ, ਇਹ 1 ਏਕੜ ਦੇ ਵਿੱਚ ਲਾਉਣ ਦੇ ਲਈ ਆਪਾਂ ਨੂੰ ਜਿਹੜਾ ਬੀਜ ਆ ਉਹ ਕੰਪਨੀ ਕਨੀਓ ਫ੍ਰੀ ਮਿਲ ਜਾਂਦਾ ਜੀ, ਅਤੇ ਇਹ ਕੰਟਰੈਕਟ ਦੇ ਵਾਸਤੇ ਕੋਈ ਸਪੈਸ਼ਲ ਕੁਆਲੀਫਿਕੇਸ਼ਨ ਵੀ ਫਾਰਮਰ ਦੀ ਹੋਣੀ ਚਾਹੀਦੀ ਆ, ਉਸ ਬਾਰੇ ਵੀ ਜਾਣਨਾ ਪਾਓ ਜੀ? ਨਹੀਂ, ਕੁਆਲੀਫਿਕੇਸ਼ਨ ਕੋਈ ਨਹੀਂ ਹੋਣੀ ਚਾਹੀਦੀ, ਮਤਲਬ ਮੰਗਦੇ ਹੈਗੇ ਉਹ, ਵੈਸੇ ਬੰਦਾ ਫਾਰਮਰ ਚਾਹੀਦਾ, ਉਹਨੂੰ ਖੇਤੀਬਾੜੀ ਬਾਰੇ ਜਾਣਕਾਰੀ ਚਾਹੀਦੀ ਆ। ਠੀਕ ਹੈ ਜੀ। ਅਤੇ ਇਹ 1 ਏਕੜ ਦੇ ਵਿੱਚ ਕਰਨ ਦੇ ਵਿੱਚ ਇਹਨੂੰ ਕੋਈ ਸਪੈਸ਼ਲ ਖੇਤ ਦੀ ਤਿਆਰੀ ਕਰਨੀ ਪੈਂਦੀ ਹੈ? ਜਿਵੇਂ ਆਪਾਂ ਨੋਰਮਲੀ ਫਸਲਾਂ ਕਣਕ ਝੋਨਾ ਜਾਂ ਨਰਮਾ ਕਰਦੇ ਹਾਂ ਤਾਂ ਉਹਦੇ ਵਿੱਚ ਆਪਾਂ ਨੋਰਮਲੀ ਵਹਾਈ ਕਰਦੇ ਹਾਂ ਖੇਤ ਦੀ, ਸੁਹਾਗਾ ਕਰਕੇ ਆਪਾਂ ਫਸਲ ਨੂੰ ਬਿਜਾਈ ਕਰ ਦਿੰਦੇ ਹਾਂ, ਤਾਂ ਇਹਦੇ ਵਿੱਚ ਕੋਈ ਖਾਸ ਤਰੀਕੇ ਦੇ ਨਾਲ ਬਿਜਾਈ ਹੁੰਦੀ ਹੈ ਜਿਹੜੀ ਮਤਲਬ ਸਪੈਸ਼ਲ? ਨਹੀਂ, ਖਾਸ ਕੋਈ ਨਹੀਂ, ਬਸ ਇਹੀ ਆਪਾਂ ਖੇਤ ਨੂੰ ਪੂਰਾ ਤਿਆਰ ਕਰ ਲੈਣਾ ਪੂਰਾ ਬੱਤਰ ਦੇ ਉੱਪਰ, ਵੀ ਜਿੰਨਾ ਖੇਤ ਤਿਆਰ ਹੋਊਗਾ, ਬਰੀਕ ਹੋਊਗੀ ਮਿੱਟੀ, ਉਨਾ ਇਹਦਾ ਜਿਹੜਾ ਬੀਜ ਦਾ ਜਰਮੀਨੇਸ਼ਨ ਆ ਉਹ ਵਧੀਆ ਹੋ ਜਾਂਦਾ। ਅਤੇ ਖੇਤ ਨੂੰ ਅਸੀਂ ਕੀ ਕਰਦੇ ਹਾਂ, ਖੇਤ ਦੇ ਵਿੱਚ ਪੂਰੀ ਤਰ੍ਹਾਂ ਪਹਿਲਾਂ ਤਵੀਆਂ ਜਾਂ ਹਾਲਾਂ ਨਾਲ ਸੁਹਾਗਾ ਮਾਰ ਕੇ ਅਤੇ ਉਸ ਤੋਂ ਬਾਅਦ ਇੱਕ ਵਾਰ ਖੇਤ ਨੂੰ ਰੋਟਾਵੇਟਰ ਨਾਲ ਵਾਹ ਦਿੰਦੇ ਹਾਂ। ਸੋ ਖੇਤ ਇੱਕ ਤਾਂ ਪੋਲਾ ਹੋ ਜਾਂਦਾ ਰੋਟਾਵੇਟਰ ਨਾਲ ਵਾਇਆ ਹੋਇਆ ਅਤੇ ਇੱਕ ਉਹਦੀ ਮਿੱਟੀ ਬਰੀਕ ਹੋ ਜਾਂਦੀ ਆ, ਅਤੇ ਉਸ ਤੋਂ ਬਾਅਦ ਫਿਰ ਅਸੀਂ ਇਹਦੇ ਜੇ ਲੋੜ ਮੁਤਾਬਕ, ਵੈਸੇ ਜਿਹੜੇ ਸੀਡ ਵਾਲੇ ਫੁੱਲ ਨੇ ਇਹਨਾਂ ਨੂੰ ਖਾਦਾਂ ਦੀ ਬਹੁਤ ਘੱਟ ਲੋੜ ਪੈਂਦੀ ਆ, ਅਤੇ ਜੇ ਮਿੱਟੀ ਪਰਖ ਦੇ ਆਧਾਰ 'ਤੇ ਜੇ ਕੋਈ ਖਾਦ ਦੀ ਲੋੜ ਆ ਤਾਂ ਥੋੜ੍ਹੀ ਬਹੁਤੀ ਅਸੀਂ ਉਹ ਬੇਸਲ ਡੋਜ਼ ਪਾ ਕੇ ਉਸ ਤੋਂ ਬਾਅਦ ਇਹਦੇ ਅਸੀਂ ਆਪਣੇ ਟਰੈਕਟਰ ਨਾਲ ਰਿਜਰ ਨਾਲ ਬੈੱਡ ਬਣਾ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਇਹ ਜਿਹੜੀ ਲੇਬਰ ਆ ਇਹਦੇ ਉੱਪਰ ਬੀਜ ਲਗਾ ਦਿੰਦੀ ਆ। ਮਤਲਬ ਇਹ ਤੁਸੀਂ ਬੈੱਡ ਬਣਾਉਣ ਤੋਂ ਬਾਅਦ ਜਿਹੜੀ ਇਹਨਾਂ ਦੀ ਟ੍ਰਾਂਸਪਲੈਂਟਿੰਗ ਕੀਤੀ ਹੈ ਜਾਂ ਸੋਇੰਗ ਕੀਤੀ ਹੈ ਬੀਜ ਦੀ, ਤਾਂ ਤੁਸੀਂ ਉਹ ਲੇਬਰ ਦੇ ਨਾਲ ਕਰਵਾਈ? ਜੀ ਬਿਲਕੁਲ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਪਾਣੀ ਲਗਾਉਂਦੇ ਹੋ? ਹਾਂਜੀ, ਉਸ ਤੋਂ ਬਾਅਦ ਪਾਣੀ ਲਗਾ ਦਿੰਦੇ ਹਾਂ। ਜਦੋਂ ਫੁੱਲਾਂ ਦੀ ਬੀਜ ਦੀ ਜਰਮੀਨੇਸ਼ਨ ਹੁੰਦੀ ਹੈ ਤੇ ਨਦੀਮ ਵੀ ਨਾਲ ਦੀ ਨਾਲ ਜੰਮ ਜਾਣਗੇ, ਜੀ ਜੀ ਜੀ, ਉਹਨਾਂ ਨੂੰ ਤੁਸੀਂ ਕਿਵੇਂ ਹੈਂਡਲ? ਉਹਨਾਂ ਨੂੰ ਅਸੀਂ ਕੀ ਕਰਦੇ ਹਾਂ, ਪਾਣੀ ਲਗਾਉਣ ਤੋਂ 24 ਘੰਟੇ ਦੇ ਵਿੱਚ ਅਸੀਂ ਇੱਕ ਪੈਂਡਾਮਾਈਥੀਲਿਨ ਜਿਹੜੀ ਸਟੌਂਪ ਆ ਉਹ 1 ਲੀਟਰ ਪਰ ਏਕੜ ਦੇ ਹਿਸਾਬ ਨਾਲ ਉਹਦੀ ਸਪਰੇਅ ਕਰ ਦਿੰਦੇ ਹਾਂ ਅਤੇ ਕਰੀਬ 25 ਤੋਂ 30 ਦਿਨ ਉਹਦੇ ਨਾਲ ਨਦੀਨ ਜਿਹੜੇ ਕੰਟਰੋਲ ਰਹਿੰਦੇ ਨੇ ਅਤੇ ਉਸ ਤੋਂ ਬਾਅਦ ਫਿਰ ਜਦੋਂ ਨਦੀਨ ਹੋ ਜਾਂਦਾ, ਕਿਉਂਕਿ ਸੁਭਾਵਿਕ ਆ ਜਦੋਂ ਆਪਾਂ ਡਿਵਰਸੀਫਿਕੇਸ਼ਨ ਦੇ ਵਿੱਚ ਕੋਈ ਫੁੱਲਾਂ ਦੀ ਜਾਂ ਸਬਜ਼ੀਆਂ ਦੀ ਖੇਤੀ ਕਰਦੇ ਹਾਂ ਅਤੇ ਕਣਕ ਝੋਨੇ ਤੋਂ ਬਿਨਾਂ ਨਦੀਨ ਉੱਥੇ ਆਰਾਮ ਨਾਲ ਹੋਏ ਜ਼ਿਆਦਾ ਹੀ ਹੋ ਜਾਂਦੇ ਨੇ, ਸੋ ਅਸੀਂ ਫਿਰ 1 ਜਾਂ 2 ਗਡਾਈਆਂ ਖੇਤ ਦੇ ਹਿਸਾਬ ਨਾਲ ਉਹ ਕਰ ਦਿੰਦੇ ਹਾਂ। ਠੀਕ ਹੈ ਜੀ। ਤਾਂ ਤੁਸੀਂ ਇਹਦੇ ਵਿੱਚ ਲੇਬਰ ਕੋਸਟ ਤੋਂ ਇਲਾਵਾ ਹੋਰ ਕੋਰ ਕਿਹੜੀਆਂ ਕਿਹੜੀਆਂ ਕੋਸਟਾਂ ਤੁਹਾਨੂੰ ਝੱਲਣੀਆਂ ਪੈਣੀਆਂ? ਇਹਦੇ 'ਚ ਜਿਹੜੀ ਮੇਜਰ ਕੋਸਟ ਆ ਉਹ ਲੇਬਰ ਦੀ ਆ, ਕਿਉਂਕਿ ਬੀਜ ਕੰਪਨੀ ਵੱਲੋਂ ਫ੍ਰੀ ਦਿੱਤਾ ਜਾਂਦਾ ਅਤੇ ਕੋਈ ਇਹਨੂੰ ਕੀੜਾ ਨਹੀਂ ਲੱਗਦਾ, ਕੋਈ ਇਹਨੂੰ ਬਿਮਾਰੀ ਨਹੀਂ ਲੱਗਦੀ ਹੈਗੀ, ਕੋਈ ਫੰਗਸ ਨਹੀਂ ਲੱਗਦੀ ਹੈਗੀ ਅਤੇ ਜਿਹੜੇ ਸੀਡ ਵਾਲੇ ਫੁੱਲ ਨੇ
ਅਤੇ ਕੋਈ ਇਹਦੇ ਸਪਰੇਅ ਦੀ ਲੋੜ ਨਹੀਂ ਹੁੰਦੀ, ਸਿਰਫ ਆਪਾਂ ਨੇ ਪਾਣੀ ਲਗਾਉਣਾ ਹੁੰਦਾ ਜਾਂ ਇਹਦੀ ਕਟਾਈ ਕਰਨੀ ਹੁੰਦੀ ਹੈ। ਮੋਸਟਲੀ ਫਸਲਾਂ ਜਿਹੜੀਆਂ ਹੈਗੀਆਂ ਉਹ ਸਬਜ਼ੀਆਂ ਵਾਲੀਆਂ ਫਸਲਾਂ 3 ਮਹੀਨੇ ਲੈਂਦੀਆਂ, ਅਤੇ ਜਿਹੜੀਆਂ ਆਪਣੇ ਲੰਮੇ ਸਮੇਂ ਦੀਆਂ ਫਸਲਾਂ ਉਹ 6 ਮਹੀਨੇ ਲੈਂਦੀਆਂ, ਉਸ ਤੋਂ ਜ਼ਿਆਦਾ ਲੰਮੇ ਸਮੇਂ ਦੀਆਂ ਫਸਲਾਂ ਸਾਲ ਲੈ ਜਾਂਦੀਆਂ, ਜਿਵੇਂ ਗੰਨਾ ਜਾਂ ਹਲਦੀ ਦੀ ਖੇਤੀ ਹੈ। ਇਹ ਖੇਤੀ ਕਿੰਨੇ ਸਮੇਂ ਦੀ ਹੈ ਜੀ? ਇਹ 5.5-6 ਮਹੀਨੇ ਦੀ ਖੇਤੀ ਆ, ਮਤਲਬ ਜਿੰਨਾ ਕਣਕ ਦਾ ਟਾਈਮ ਹੁੰਦਾ ਸੇਮ ਕਣਕ ਦਾ ਟਾਈਮ ਆ, ਲਗਾਉਣ ਦਾ ਵੀ ਟਾਈਮ ਉਹੀ ਆ, ਅਤੇ ਇਹਦਾ ਹਾਰਵੈਸਟ ਦਾ ਟਾਈਮ ਵੀ ਅਪ੍ਰੈਲ ਐਂਡ ਦੇ ਵਿੱਚ। ਸੋਇੰਗ ਇਹ ਕਿਹੜੇ ਦਿਨਾਂ ਦੇ ਵਿੱਚ ਹੁੰਦੀ ਹੈ ਜੀ? ਇਹਦੀ ਆਪਣੇ ਅਕਤੂਬਰ ਨਵੰਬਰ ਦੇ ਵਿੱਚ, ਅਕਤੂਬਰ ਨਵੰਬਰ ਦੇ ਵਿੱਚ ਇਹਦੀ ਬਿਜਾਈ ਹੋ ਜਾਂਦੀ ਹੈ। ਅਤੇ ਜਿਹੜੀ ਇਹਦੀ ਮਤਲਬ ਆਪਾਂ ਬੀਜ ਇਹਦਾ ਜਿਹੜਾ ਕੱਢਣਾ ਹੁੰਦਾ ਉਹ ਆਪਾਂ ਫਿਰ ਇਹਦਾ ਅਪ੍ਰੈਲ ਐਂਡ ਕੱਢ ਲੈਂਦੇ ਹਾਂ। ਠੀਕ ਹੈ ਜੀ। ਨੋਰਮਲੀ ਫਸਲਾਂ ਦੀ ਕਟਾਈ ਜਿਹੜੀ ਮਸ਼ੀਨਾਂ ਦੇ ਨਾਲ ਕੀਤੀ ਜਾਂਦੀ ਹੈ ਜੀ, ਅਤੇ ਜਾਂ ਉਹਨੂੰ ਲੇਬਰ ਹੱਥਾਂ ਦੇ ਨਾਲ ਪੁੱਟਦੀ ਹੈ ਜਾਂ ਕੱਟਦੀ ਆ, ਇਹਦੀ ਜਿਹੜੀ ਹਾਰਵੈਸਟਿੰਗ ਆ ਤੁਸੀਂ ਕਿਸ ਤਰ੍ਹਾਂ ਕਰਦੇ ਹੋ? ਇਹ ਜਿਹੜੀ ਨਸਰਸ਼ੀਅਮ ਵਰਾਇਟੀ ਆ, ਇਹਦਾ ਜਿਹੜਾ ਆਪਾਂ ਹੁਣ ਫੁੱਲ ਦੇਖ ਰਹੇ ਹਾਂ, ਫੁੱਲ ਤੋਂ ਬਾਅਦ ਇਹਦਾ ਬੀਜ ਬਣ ਜਾਂਦਾ, ਜਿਵੇਂ ਕਾਲੇ ਛੋਲੇ ਹੁੰਦੇ ਨੇ, ਅਤੇ ਉਹ ਉਸ ਤਰ੍ਹਾਂ ਦਾ ਇਹਦਾ ਬੀਜ ਹੁੰਦਾ, ਅਤੇ ਉਹ ਬੀਜ ਪੱਕ ਕੇ ਥੱਲੇ ਝੜ ਜਾਂਦਾ, ਖਾਲੀਆਂ ਦੇ ਵਿੱਚ ਇਕੱਠਾ ਹੋ ਜਾਂਦਾ, ਅਤੇ ਬੂਟਾ ਅਸੀਂ ਦਾਤੀ ਨਾਲ ਕੱਟ ਕੇ ਬਾਹਰ ਕੱਢ ਦਿੰਦੇ ਹਾਂ, ਅਤੇ ਇਹਨੂੰ ਫਿਰ ਬੀਜ ਨੂੰ ਇਕੱਠਾ ਕਰ ਲੈਂਦੇ ਹਾਂ। ਉਹ ਥੋੜ੍ਹੀ ਜਿਹੀ ਇਹਦੀ ਜਿਹੜੀ ਮੈਂ ਪਹਿਲਾਂ ਵੀ ਗੱਲ ਕਰਦੀ, ਮੇਜਰ ਕੋਸਟ ਆ ਜਿਹੜੀ ਉਹ ਲੇਬਰ ਦੀ ਹੁੰਦੀ ਆ, ਉਸ ਟਾਈਮ ਇੱਕ ਏਕੜ ਦੇ ਉੱਪਰ ਮੈਂ ਦੇਖਿਆ ਵੀ 10-12 ਹਜ਼ਾਰ ਰੁਪਈਆ ਇਹ ਜਿਹੜੀ ਨਸਰਸ਼ੀਅਮ ਵਰਾਇਟੀ ਆ ਉਹ ਖਰਚਾ ਆ ਜਾਂਦਾ ਆਪਾਂ ਨੂੰ ਇਹਦਾ ਬੀਜ ਇਕੱਠਾ ਕਰਨ ਅਤੇ ਸਾਂਭਣ ਦੇ। ਮੈਂ ਨੋਰਮਲੀ ਦੇਖ ਰਿਹਾ ਕਿ ਤੁਹਾਡੇ ਖੇਤ ਦੀ ਜਿਹੜੀ ਮਿੱਟੀ ਆ ਉਹ ਦਰਮਿਆਨੀ ਮਿੱਟੀ ਲੱਗ ਰਹੀ ਆ, ਅਤੇ ਜ਼ਿਆਦਾ ਡਾਕਰਵਾਨ ਵੀ ਨਹੀਂ, ਜ਼ਿਆਦਾ ਰੇਤੀ ਮਿੱਟੂ ਵੀ ਨਹੀਂ ਹੈਗੀ ਆ, ਤਾਂ ਕਿਹੜੀ ਮਿੱਟੀ ਜਿਹੜੀ ਜ਼ਿਆਦਾ ਸੂਟ ਕਰਦੀ ਹੈ ਫਲਾਵਰ? ਇਹਨੂੰ ਰੇਤਲੀ ਅਤੇ ਦਰਮਿਆਨੀ ਮਿੱਟੀ, ਇਹ ਕਿਉਂਕਿ ਇਹਦਾ ਬੀਜ ਸ਼ੈਲਟਰ ਨੀਚੇ ਗਿਰਨਾ ਹੁੰਦਾ, ਜੇ ਡਾਕਰ ਮਿੱਟੀ ਹੋਊਗੀ ਉਹਦੇ 'ਚ ਤਰੇੜਾਂ ਪੜ ਜਾਣੀ ਅਤੇ ਬੀਜ ਆ ਜਿਹੜਾ ਤਰੇੜਾਂ ਦੇ ਵਿੱਚ ਚਲੇ ਜਾਣਾ, ਅਤੇ ਉਹ ਫਿਰ ਆਪਣਾ ਕਿਸਾਨ ਦਾ ਵੀਰ ਦਾ ਨੁਕਸਾਨ ਹੋਊਗਾ ਜਿਹੜਾ ਬੀਜ ਤਰੇੜਾਂ ਦੇ ਵਿੱਚ ਪੈ ਗਿਆ। ਸੋ ਦਰਮਿਆਨੀ ਅਤੇ ਮਤਲਬ ਕਹਿਣ ਦਾ ਭਾਵ ਆ ਜਿਹਦੇ ਜ਼ਮੀਨ ਦੇ ਵਿੱਚ ਤਰੇੜਾਂ ਨਾ ਪੜਦੀਆਂ ਹੋਣ, ਉਹਨਾਂ ਜ਼ਮੀਨਾਂ ਦੇ ਵਿੱਚ ਇਹ ਆਪਾਂ ਨੂੰ ਕਾਮਯਾਬ ਕਰ। ਜਿਸ ਤਰ੍ਹਾਂ ਨੋਰਮਲ ਕੰਟਰੈਕਟ ਫਾਰਮਿੰਗ ਹੁੰਦੀ ਹੈ ਜਿਹਦੇ ਵਿੱਚ ਬਾਏ ਬੈਕ ਸਾਈਨ ਕੀਤਾ ਜਾਂਦਾ, ਮਤਲਬ ਕਿਸਾਨ ਤੋਂ ਫਸਲ ਉਗਾਉਣ ਤੋਂ ਬਾਅਦ ਉਹੀ ਕੰਪਨੀ ਉਹ ਤੋਂ ਵਾਪਸ ਲੈ ਜਾਂਦੀ ਹੈ, ਇਸੇ ਵਿੱਚ ਵੀ ਵਾਪਸ ਲੈਣ ਦੇ ਸਮੇਂ ਕਿਹੜੇ ਰੇਟ 'ਤੇ ਵਾਪਸ ਲੈ ਕੇ ਜਾਂਦੀ ਹੈ? ਉਹ ਕੰਪਨੀ ਵੱਲੋਂ ਜਦੋਂ ਕਿਸਾਨ ਨੂੰ ਬੀਜ ਪ੍ਰੋਵਾਈਡ ਕੀਤਾ ਜਾਂਦਾ, ਕੰਟਰੈਕਟ ਕੀਤਾ ਜਾਂਦਾ, ਉਸ ਟਾਈਮ ਹੀ ਇਹਦਾ ਰੇਟ ਫਿਕਸ ਕਰ ਲਿੱਤਾ ਜਾਂਦਾ, ਅਤੇ ਕੰਪਨੀ ਵੱਲੋਂ ਜਿਹੜਾ ਕੰਪਨੀ ਦਾ ਨੁਮਾਇੰਦਾ ਉਹ 10-10-15-15 ਦਿਨਾਂ ਬਾਅਦ ਜਾਂ ਕਿਸਾਨ ਦੀ ਡਿਮਾਂਡ ਦੇ ਹਿਸਾਬ ਨਾਲ ਉਹ ਖੇਤ ਦੇ ਵਿੱਚ ਵੇਸਟ ਕਰਦਾ, ਕਿਉਂਕਿ ਜਿਹੜੇ ਨਵੇਂ ਕਿਸਾਨ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਮੁਸ਼ਕਲ ਆਉਂਦੀ ਆ ਕਿ ਕਦੋਂ ਪਾਣੀ ਲਾਉਣਾ, ਕਦੋਂ ਕਟਾਈ ਕਰਨੀ ਆ, ਜਾਂ ਕਿਸਾਨ ਨੂੰ ਵੈਸੇ ਕੋਈ ਡਰ ਹੁੰਦਾ, ਮਨ ਦੇ ਵਿੱਚ ਡਾਊਟ ਹੁੰਦਾ, ਤਾਂ ਕੰਪਨੀ ਦਾ ਨੁਮਾਇੰਦਾ ਆ ਕੇ ਉਹ ਡਾਊਟ ਕਲੀਅਰ ਕਰ ਜਾਂਦਾ। ਇਹ ਜਿਹੜਾ ਸੀਡ ਵਾਲੇ ਨੇ ਤਕਰੀਬਨ ਆਪਣੇ 3ਜਾ ਸਾਲ ਆ ਮੈਨੂੰ ਇਸ ਬਾਰੇ ਦਾ ਜੀ। 1 ਏਕੜ ਦੇ ਵਿੱਚ ਤੁਸੀਂ ਲੇਬਰ ਕੋਸਟ ਕਿੱਥੋਂ ਤੱਕ ਮੈਕਸਿਮਮ ਕਰ ਦਿੰਦੇ ਹੋ, ਤੇ ਜਿਹੜਾ ਪ੍ਰੋਫਿਟ ਆ ਜਾਂ ਆਮਦਨ ਆ, ਝਾੜ ਆ, ਉਹ ਕਿੱਥੋਂ ਤੱਕ ਚਲਾ ਜਾਂਦਾ? ਇਹ ਜੀ ਹੈਗਾ ਵਰਾਇਟੀ ਤੇ ਡਿਪੈਂਡ ਕਰਦਾ ਵੀ ਆਪਾਂ ਵਰਾਇਟੀ ਕਿਹੜੀ ਲਾਈ ਹੋਈ ਆ, ਜਿੱਦਾਂ ਜੇ ਆਪਾਂ ਨਸਰਸ਼ੀਅਮ ਦੀ ਗੱਲ ਕਰੀਏ ਇਹਦੇ ਤੇ ਕੋਈ 20-22 ਹਜ਼ਾਰ ਰੁਪਇਆ ਲੇਬਰ ਦਾ ਖਰਚਾ ਆ ਜਾਂਦਾ, ਤੇ ਜਿਹੜੇ ਆਪਾਂ ਝਾੜ ਦੀ ਗੱਲ ਕਰੀਏ ਪ੍ਰੋਫਿਟ ਦੀ ਗੱਲ ਕਰੀਏ ਤਾਂ 1 ਏਕੜ ਦੇ ਵਿੱਚੋਂ 3.5-4 ਕੁਇੰਟਲ ਜਿਹੜੀ ਇਹ ਵਰਾਇਟੀ ਆ ਉਹ ਝਾੜ ਐਵਰੇਜ ਦਿੰਦੀ ਆ, ਅਤੇ ਕੰਪਨੀ ਨਾਲ ਆਪਾਂ 20 ਹਜ਼ਾਰ ਰੁਪਏ ਕੁਇੰਟਲ ਦਾ ਇਹਦਾ ਜਿਹੜਾ ਐਗਰੀਮੈਂਟ ਕੀਤਾ ਹੋਇਆ, ਅਤੇ ਇਹ ਨਸਰਸ਼ੀਅਮ ਦੇ ਵਿੱਚ ਇੱਕ ਆਪਣੀ ਦੂਜੀ ਵਰਾਇਟੀ ਆ ਦੂਜੇ ਖੇਤ ਦੇ ਵਿੱਚ ਲੱਗੀ ਹੋਈ ਆ, ਉਹਦਾ ਜਿਹੜਾ ਝਾੜ ਆ ਉਹ 5 ਕੁਇੰਟਲ ਪਲੱਸ ਆ, ਅਤੇ ਉਹਦਾ ਜਿਹੜਾ ਰੇਟ ਆ ਉਹ ਥੋੜ੍ਹਾ ਇਹਦੇ ਨਾਲੋਂ ਡਾਊਨ ਆ, ਅਤੇ ਜਾਣੀ ਜੇ ਹਿਸਾਬ ਨਾਲ ਆਪਾਂ ਪ੍ਰੋਫਿਟ ਦੀ ਗੱਲ ਕੀਤੀ, ਪੂਰੇ ਖੇਤ ਦੀ ਇਨਕਮ ਦੀ ਗੱਲ ਕਰੀ, ਤਾਂ 80 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਆਪਾਂ ਨੂੰ ਇਹਦੇ 'ਚੋਂ ਇਨਕਮ ਹੋ ਜਾਂਦੀ ਹੈ।